ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਕੀ ਪੇਪਰ 23 April ਨੂੰ ਹੋਵੇਗਾ ਠੀਕ ਹੈ ਮੈਨੂੰ ਕਈਆਂ ਦੇ ਮੈਸੇजेस ਆਏ ਨੇ ਫੋਨ ਆਏ ਨੇ ਤੇ ਉਹ ਪੁੱਛਦੇ ਨੇ ਕਿ ਸਰ 23 April ਨੂੰ ਪੇਪਰ ਹੋਵੇਗਾ ਹਨਾ ਤੇ ਮਤਲਬ ਹੜਬੜਾਹੜ ਦੇ ਵਿੱਚ ਕਈ ਵਾਰ ਪੁੱਛਦੇ ਨੇ ਕਿ ਅਸੀਂ ਕੀ ਕਰੀਏ ਹਨਾ ਸੋ ਆਪਾਂ ਆ ਵੀਡੀਓ ਦੇ ਵਿੱਚ ਇਸ ਬਾਰੇ ਗੱਲ ਕਰਾਂਗੇ ਠੀਕ ਹੈ ਇਸ ਤੋਂ ਪਹਿਲਾਂ ਆਪਾਂ ਵੀਡੀਓ ਦੀ ਸ਼ੁਰੂਆਤ ਕਰੀਏ ਜੋ ਇਸ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਕੋਈ ਵੀ ਮੈਪੀਐਸਟੇਟ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਜਿਹੜੀ ਐ ਮੈਂ ਅਪਲੋਡ ਕਰਾਂ ਵੀਡੀਓ ਰਾਹੀਂ ਤੇ ਉਹਦਾ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਠੀਕ ਹੈ ਜੀ ਸੋ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਅ ਦੇਖੋ ਜਿਹੜਾ ਇਹ ਇਹਨਾਂ ਨੇ ਜਿਹੜੀ ਜਿਹੜੀ ਇਹ ਗੱਲ ਕਾਫੀ ਜਿਹੜੀ ਆ ਫੈਲੀ ਹੋਈ ਹੈ ਕਿ ਪੇਪਰ ਜਿਹੜਾ ਆ 23 ਅਪ੍ਰੈਲ ਨੂੰ ਹੋਵੇਗਾ ਹਨਾ ਦੇਖੋ ਕੋਈ ਸ਼ੱਕ ਨਹੀਂ ਹੈਗਾ 23 ਅਪ੍ਰੈਲ ਨੂੰ ਪੇਪਰ ਜਿਹੜਾ ਆ ਹੋ ਸਕਦਾ ਆ ਪਰ ਅਸੀਂ ਅਗਰ ਕਹੀਏ ਕਿ ਵੀ ਹੋ મતલਬ 23 ਅਪ੍ਰੈਲ ਨੂੰ ਪੇਪਰ ਹੋਣਾ ਹੈ ਹਨਾ ਮਤਲਬ ਇਦਾਂ ਮੰਨ ਕੇ ਚਲੀਏ ਤਾਂ ਦੇਖੋ ਇਹ ਬਿਲਕੁਲ ਗਲਤ ਹੋਵੇਗਾ ਹਲੇ ਕਿਉਂਕਿ ਆਫੀਸ਼ੀਅਲ ਜਿਹੜਾ ਨੋਟੀਫਿਕੇਸ਼ਨ ਹੈ ਹਜੇ ਕੋਈ ਨਹੀਂ ਆਇਆ ਤੋ ਜਦ ਤੱਕਰ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆਂਦਾ ਤਦ ਤੱਕਰ ਅਸੀਂ ਇਹਦਾ ਨਹੀਂ ਮੰਨ ਸਕਦੇ ਠੀਕ ਹੈ ਫਿਰ ਹੁਣ ਅਸੀਂ ਕਰ ਕੀ ਸਕਦੇ ਆ ਇਹ ਸਾਡੇ ਅੱਗੇ ਸਵਾਲ ਹੈ ਦੇਖੋ ਅਸੀਂ ਕਰ ਕੀ ਸਕਦੇ ਆ ਅਸੀਂ ਕਰ ਸਿਰਫ ਇਹ ਸਕਦੇ ਆ ਕਿ ਅਸੀਂ ਮੰਨ ਕੇ ਚੱਲੀਏ ਕਿ ਅਪ੍ਰੈਲ ਦੇ ਵਿੱਚ ਜਿਹੜਾ ਪੇਪਰ ਆ ਉਹ ਹੋ ਸਕਦਾ ਹੈ ਕਿਉਂਕਿ ਮੈਂ ਲਾਸਟ ਟਾਈਮ ਵੀ ਕਿਹਾ ਸੀਗਾ ਕਿ ਜਿਵੇਂ ਕਿ ਜਦੋਂ ਪੇਪਰ ਕੈਨਸਲ ਹੋਇਆ ਹਨਾ ਹੁਣ ਦੇਖੋ ਪੇਪਰ ਕੈਨਸਲ ਹੋਇਆ ਇਸ ਤੋਂ ਬਾਅਦ ਜਿਹੜੇ ਟੀਚਰਸ ਜਿਹੜੇ ਪੇਪਰ ਸੈੱਟ ਕਰਦੇ ਆ ਹਨਾ ਉਹਨਾਂ ਕੋਲ ਪੇਪਰ ਜਿਹੜਾ ਦੁਬਾਰਾ ਜਾਵੇਗਾ ਠੀਕ ਹੈ ਉਹ ਮਤਲਬ ਦੁਬਾਰਾ ਮਤਲਬ ਪੈਟਰਨ ਵਾਈਜ਼ ਜਿਹੜਾ ਪੇਪਰ ਦੁਬਾਰਾ ਸੈੱਟ ਕਰਨਗੇ ਠੀਕ ਹੈ ਉਹਨਾਂ ਦੇ ਵਿੱਚੋਂ ਫਿਰ ਕੁਝ ਸਿਲੈਕਟ ਹੋਣਗੇ ਪੇਪਰ ਠੀਕ ਹੈ ਉਸ ਤੋਂ ਬਾਅਦ ਉਹਨਾਂ ਦੀ ਪ੍ਰਿੰਟਿੰਗ ਹੋਵੇਗੀ ਉਸ ਤੋਂ ਬਾਅਦ ਉਹ ਫਿਰ ਪ੍ਰੋਸੈਸ ਨਵਾਂ ਸ਼ੁਰੂ ਕਰਨਗੇ ਹਨਾ ਅਬਲ ਤਾਂ ਉਹ ਫਿਲਿੰਗ ਦਾ ਪ੍ਰੋਸੈਸ ਦਾ ਟਾਈਮ ਘੱਟ ਜਾਵੇ ਕਿਉਂਕਿ ਉਹਨਾਂ ਨੇ ਇਹ ਕਿਹਾ ਆ ਕਿ ਜਿਹੜੀ ਕੋਈ ਫੀਸ ਨਹੀਂ ਲੱਗਣੀ ਹਨਾ ਸੋ ਆਪਣਾ ਜਿਹੜਾ ਉੱਤੀ ਬਣਾ ਪਰ ਉਹ ਇਦਾਂ ਕਰ ਸਕਦੇ ਆ ਕਿ ਦੁਬਾਰਾ ਇੱਕ ਪੋਰਟਲ ਜ਼ਰੂਰ ਜਿਹੜਾ ਆ ਜਿਹੜਾ ਇੱਕ ਪੋਰਟਲ ਜ਼ਰੂਰ ਉਹ ਓਪਨ ਕਰ ਸਕਦੇ ਆ ਜਿਹਦੇ ਵਿੱਚ ਉਹ ਇਦਾਂ ਕਹਿਣਗੇ ਕਿ ਜੇਕਰ ਕੋਈ ਨਵੇਂ ਸਟੂਡੈਂਟ ਜਿਹੜੇ ਪਿਛਲੀ ਵਾਰੀ ਰਹਿ ਗਏ ਸੀ ਅਗਰ ਉਹ ਪੜਨਾ ਚਾਹੁੰਦੇ ਆ ਤੇ ਉਹ ਵੀ ਫਿਲ ਕਰ ਸਕਦੇ ਆ ਦੇਖੋ ਉਹਦੇ ਲਈ ਵੀ ਉਹ ਕਹਿ ਲੋ ਕਿ 10-15 ਦਿਨ ਦੇਣਗੇ ਹਨਾ ਉਸ ਤੋਂ ਬਾਅਦ ਫਿਰ ਐਡਮਿਟ ਕਾਰਡ ਦਾ ਫਿਰ ਮਤਲਬ ਸਾਰੇ ਸੈਂਟਰ ਜਿਹੜੇ ਬੁੱਕ ਕਰਨੇ ਹਨਾ ਕਿ ਬੱਚਿਆਂ ਦੇ ਅਲਾਟ ਕਰਨੇ ਤੇ ਉਹਨੂੰ ਦੇਖੋ ਟਾਈਮ ਲੱਗੇਗਾ ਮੈਨੂੰ ਤਾਂ ਕਈ ਮੈਨੂੰ ਥੋੜਾ ਜਿਹਾ ਅਜੀਬ ਵੀ ਲੱਗਾ ਮੈਨੂੰ ਹਾਸਾ ਵੀ ਆਇਆ ਕਈ ਤਾਂ ਕਹਿ ਰਹੇ ਸੀ ਕਿ ਸਰ ਮਾਰਚ ਦੇ ਵਿੱਚ ਹੀ ਪੇਪਰ ਹੋਣਾ ਆ ਸਾਨੂੰ ਕਿੱਥੋਂ ਪਤਾ ਲੱਗਾ ਹੁਣ ਮੈਨੂੰ ਇਹ ਨਹੀਂ ਪਤਾ ਲੱਗਾ ਕਿਉਂ ਮਾਰਚ ਦਾ ਪੇਪਰ ਮਾਰਚ ਚ ਹੋਣਾ ਤੇ ਉਹਨੂੰ ਕਿੱਥੋਂ ਪਤਾ ਲੱਗਾ ਕਿਉਂਕਿ ਦੇਖੋ 12 ਤਰੀਕ ਨੂੰ ਤਾਂ ਹਜੇ ਪੇਪਰ ਹੋਇਆ ਤੇ ਮਾਰਚ ਦੇ ਵਿੱਚ ਤਾਂ ਜਿਹੜਾ ਆ ਇੰਪੋਸੀਬਲ ਆ ਹੋਣਾ ਪੇਪਰ ਦੁਬਾਰਾ ਹੈਨਾ ਸੋ ਦੇਖੋ ਇਹ ਕਈ ਐਮੀ ਫੇਕ ਨਿਊਜ਼ ਵੀ ਹਨਾ ਕਈ ਵਿਊਜ਼ ਲਈ ਜਿਹੜੇ ਹੈ ਫੇਕ ਨਿਊਜ਼ ਜਿਹੜੀਆਂ ਉਹ ਪਾਉਂਦੇ ਰਹਿੰਦੇ ਆ ਹਨਾ ਤਾਂ ਕਿ ਵਿਊਜ਼ ਵਗੈਰਾ ਆਣ ਸੋ ਆਪਾਂ ਉਸ ਵੱਲ ਬਿਲਕੁਲ ਨਹੀਂ ਜਾਣਾ ਠੀਕ ਹੈ ਸੋ ਬਿਲਕੁਲ ਆਪਾਂ ਜਿਹੜਾ ਇਹ ਜ਼ਰੂਰ ਦੇਖਣਾ ਹੈ ਕਿ ਅਸੀਂ ਕੀ ਕਰੀਏ ਹੁਣ ਮੈਨੂੰ ਕਈ ਇਹੀ ਪੁੱਛੇ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਹਲੇ ਆਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆਇਆ ਤੇ ਉਹ ਕਹਿੰਦੇ ਕਿ ਕਿ ਸਰ ਹੁਣ ਅਸੀਂ ਕੀ ਕਰੀਏ ਹਨਾ ਸੋ ਦੇਖੋ ਮੈਂ ਜਿਹੜੀ ਉਹਨਾਂ ਨੂੰ ਵੀ ਸਲਾਹ ਦਿੱਤੀ ਸੀ ਤੇ ਮੈਂ ਤੁਹਾਨੂੰ ਵੀ ਇਹੀ ਕਵਾਂਗਾ ਦੇਖੋ 12 ਦੇਖੋ 12 ਮਾਰਚ ਨੂੰ ਆਪਣਾ ਪੇਪਰ ਹੋਇਆ ਸੀਗਾ ਠੀਕ ਹੈ ਤੇ ਅੱਜ ਕਿੰਨੀ ਤਰੀਕ ਹੋ ਗਈ ਆ ਦੇਖੋ ਅੱਜ 22 ਤਰੀਕਾ ਜਿਹੜੇ 10 ਦਿਨ ਆ ਇਹ 10 ਦਿਨ ਜਿਹੜੇ ਐ ਸਾਡੇ ਉੱਪਰ ਹੋ ਗਿਆ ਠੀਕ ਹੈ ਤੇ ਸਾਨੂੰ ਯਕੀਨ ਹੈ ਦੇਖੋ ਜੇ ਤਾਂ ਸਾਨੂੰ ਪਤਾ ਹੁੰਦਾ ਨਾ ਕਿ ਪੇਪਰ ਕੈਂਸਲ ਨਹੀਂ ਹੋਇਆ ਤੇ ਬਿਲਕੁਲ ਅਸੀਂ ਇਹ 10 ਦਿਨ ਮਤਲਬ ਠੀਕ ਹੈ ਅਸੀਂ ਇੰਜੋਏ ਕਰਦੇ ਪਰ ਹੁਣ ਸਾਨੂੰ ਪਤਾ ਆ ਸਾਨੂੰ ਉਸ ਦਿਨ ਹੀ ਪਤਾ ਲੱਗਿਆ ਸੀਗਾ ਕਿ ਪੇਪਰ ਜਿਹੜਾ ਲੀਕ ਹੋ ਗਿਆ ਤੇ ਨੈਕਸਟ ਇੱਕ ਦੋ ਦਿਨਾਂ ਚ ਪਤਾ ਲੱਗ ਗਿਆ ਕਿ ਪੇਪਰ ਦੁਬਾਰਾ ਹੋਣਾ ਤੇ ਉਸ ਤੋਂ ਬਾਅਦ ਮੈਨੂੰ ਯਕੀਨ ਹੈ ਦੇਖੋ ਮੈਂ ਗਲਤ ਵੀ ਹੋ ਸਕਦਾ ਮੈਂ ਐਦਾ ਨਹੀਂ ਕਹਿਣਾ ਇਹ 10 ਦਿਨ ਦੇਖੋ ਆਪਾਂ ਕੁਝ ਨਹੀਂ ਕੀਤਾ ਹੋਇਆ ਕੁਝ ਬੱਚੇ ਸ਼ਾਇਦ ਰਿਲੇਟ ਕਰਨ ਕੁਝ ਨਾ ਕਰਨ ਪਰ ਅਸੀਂ ਸਿਰਫ ਇਸ ਉਡੀਕ ਚ ਬੈਠੇ ਹਾਂ ਨੋਟੀਫਿਕੇਸ਼ਨ ਦੀ ਉਡੀਕ ਦੇ ਵਿੱਚ ਮੈਂ ਸਹੀ ਹਾਂ ਨਾ ਸੋ 10 ਦਿਨ ਆਪਣੇ ਜਿਹੜੇ ਵੇਸਟ ਹੋ ਗਏ ਤੇ ਇਹ ਇੱਕ ਰੂਲ ਹੈ ਕਿ ਜਦੋਂ ਅਸੀਂ ਕਿਸੇ ਐਗਜ਼ਾਮ ਦੀ ਤਿਆਰੀ ਜਦੋਂ ਕਰ ਰਹੇ ਹੁੰਨੇ ਆ ਤੇ ਜਦੋਂ ਉਹਦੇ ਵਿੱਚ ਡੇਜ਼ ਦਾ ਗੈਪ ਪੈ ਜਾਵੇ ਤਾਂ ਮੁਸ਼ਕਲ ਆਂਦੀ ਹੈ ਹੁਣ ਇਹਦੇ ਵਿੱਚ ਤਾਂ 10 ਜਿਹੜੇ ਦਿਨਾਂ 10 ਡੇਜ਼ ਜਿਹੜਾ ਉਹ ਗੈਪ ਪੈ ਚੁੱਕਾ ਹੈ ਹਨਾ ਸੋ ਇਹ ਗੈਪ ਨੂੰ ਜਿਹੜਾ ਆ ਕਵਰ ਕਰਨਾ ਕਈ ਵਾਰ ਮੁਸ਼ਕਲ ਹੋ ਜਾਂਦਾ ਇਸ ਲਈ ਮੈਂ ਪਹਿਲਾਂ ਕਿਹਾ ਸੀਗਾ ਕਿ ਅਸੀਂ ਜਣਾ ਆ ਥੋੜਾ ਥੋੜਾ ਜਿਹੜਾ ਆ ਆਪਾਂ ਤਿਆਰੀ ਜਿਹੜੀ ਹੈ ਕਰਦੇ ਰਹੀਏ ਤਾਂ ਕਿ ਨਜ਼ਦੀਕ ਆ ਕੇ ਅਸੀਂ ਪਰੇਸ਼ਾਨ ਨਾ ਹੋਈਏ ਹਨਾ ਅਸੀਂ ਫਿਰ ਕੀ ਕਰਦੇ ਆ ਕਿ ਅਸੀਂ ਮਤਲਬ ਹੜਬੜਾ ਹਟ ਕਰਦੇ ਆ ਹਨਾ ਐਡਵਾਰਡ ਚ ਸਾਡੇ ਕੋ ਫਿਰ ਗਲਤੀਆਂ ਹੁੰਦੀਆਂ ਹਨਾ ਅਸੀਂ ਕੁਝ ਚੀਜ਼ਾਂ ਪੜ ਪਾਉਂਦੇ ਆ ਕੁਝ ਨਹੀਂ ਪੜ ਪਾਉਂਦੇ ਹੁਣ ਸਾਡੇ ਕੋ ਟਾਈਮ ਹੈ ਅਸੀਂ ਸਾਰੇ ਟੌਪਿਕ ਜਿਹੜੇ ਆਪਾਂ ਕਵਰ ਕਰ ਸਕਦੇ ਆ ਹਨਾ ਸੋ ਆਪਾਂ ਇਹ ਗਲਤੀ ਨਾ ਕਰੀਏ ਕਿਉਂਕਿ ਜਦੋਂ 10 ਦਿਨੇ ਦਾ ਲੰਘ ਜਾਂਦੇ ਆ ਨਾ ਸਾਡਾ ਮਾਈਂਡ ਇੱਕ ਤਰ੍ਹਾਂ ਦਾ ਭਾਵੇਂ ਮਾਈਂਡ ਚ ਸਾਡੇ ਚੀਜ਼ਾਂ ਸਟੋਰ ਹੁੰਦੀਆਂ ਪਰ ਫਿਰ ਵੀ ਕੀ ਹੁੰਦਾ ਆ ਕਿ ਗੈਪ ਦੇ ਨਾਲ ਸਾਡੇ ਕੋਲ ਕੁਝ ਚੀਜ਼ਾਂ ਜਿਹੜੀਆਂ ਦਿਮਾਗ ਦੇ ਵਿੱਚੋਂ ਜਿਹੜੀਆਂ ਆ ਕਹ ਲੋ ਕਿ ਬਲਰ ਹੋ ਜਾਂਦੀਆਂ ਹਨਾ ਤੇ ਉਹਦੀ ਉਹਦੇ ਨਾਲ ਫਿਰ ਕੀ ਹੁੰਦਾ ਹੈ ਕਿ ਸਾਨੂੰ ਫੇਰ ਤੋਂ ਦੁਬਾਰਾ ਸਾਰਾ ਜਿਹੜਾ ਚੀਜ਼ਾਂ ਰਿਵਾਈਜ਼ ਕਰਨੀ ਪੈਂਦੀ ਹੈ ਠੀਕ ਹੈ ਸੋ ਇਸ ਲਈ ਜਿਹੜਾ ਇਹ ਗੈਪ ਆ ਆਪਾਂ ਇਹਨੂੰ ਕਵਰ ਇਸ ਲਈ ਕਰ ਸਕਦੇ ਆ ਇਦਾਂ ਕਰ ਸਕਦੇ ਆ ਕਿ ਆਪਾਂ ਜਿਹੜਾ ਆ ਹੁਣ ਤੋਂ ਹੀ ਥੋੜਾ ਥੋੜਾ ਜਿਹੜਾ ਪੜਨਾ ਸ਼ੁਰੂ ਕਰ ਦਈਏ ਆਪਾਂ ਇੱਕ ਇੱਕ ਥਿਊਰੀ ਪੜਨੀ ਸ਼ੁਰੂ ਕਰ ਦਈਏ ਆਪਾਂ ਇੱਕ ਇੱਕ ਟਾਪਿਕ ਸ਼ੁਰੂ ਕਰਨਾ ਮਤਲਬ ਪੜਨਾ ਸ਼ੁਰੂ ਕਰ ਦਈਏ ਠੀਕ ਹੈ ਸੋ ਦੇਖੋ ਤਾਂ ਹੀ ਜਿਹੜਾ ਪੋਸਿਬਿਲਟੀ ਹੋ ਸਕਦੀ ਹੈ ਸੋ ਅਸੀਂ ਜਿਹੜੀ ਕਿ ਜੇ ਕਈ ਕਿ ਮੈਨੂੰ ਕਹਿ ਰਹੇ ਕਿ ਸਰ ਇੱਕ ਡੈਡਲਾਈਨ ਹੋਗਰ ਹੋਵੇ ਕਿ ਪੇਪਰ ਕਦ ਤੱਕ ਹੋ ਗਿਆ ਤੇ ਮੈਂ ਇਹੀ ਕਹਾਂਗਾ ਦੇਖੋ ਕਿ April ਤੁਸੀਂ April ਜਿਹੜਾ ਮੰਥਾ ਹਨਾ April ਦੇ 30 ਦਿਨ ਦਾ ਆ ਹਨਾ 30 April ਤੁਸੀਂ ਮੰਨ ਕੇ ਚੱਲੋ ਕਿ April ਦੇ ਵਿੱਚ ਜਿਹੜਾ ਪੇਪਰ ਹੋ ਸਕਦਾ 30 April ਤੱਕ ਤੁਸੀਂ ਡੈਡਲਾਈਨ ਮੰਨ ਕੇ ਚੱਲੋ ਠੀਕ ਹੈ ਸੋ ਦੇਖੋ ਇਹ ਤੋਂ ਪਹਿਲਾਂ ਵੀ ਆ ਸਕਦਾ ਆਉਣ ਨੂੰ ਦੇਖੋ 23 ਨੂੰ ਵੀ ਆ ਸਕਦਾ ਆ ਪਰ ਹਜੇ ਜਿਹੜਾ ਆਫੀਸ਼ੀਅਲ ਕੋਈ ਵੀ ਨਹੀਂ ਆਇਆ ਨੋਟਿਸ ਹਨਾ ਸੋ ਇਦਾਂ ਨਹੀਂ ਆ ਕਿ ਮੈਂ ਮਤਲਬ ਐਮੀ ਕਹਿ ਦਮਾ ਹਨਾ ਕਿ ਵੀ 23 ਨੂੰ ਨਹੀਂ ਹੋਣਾ ਪਰ ਹਜੇ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਤੇ ਅਸੀਂ ਹੁਣੇ ਤੋਂ ਅਸੀਂ ਇਦਾਂ ਨਾ ਮੰਨ ਕੇ ਚੱਲੀਏ ਜੇ ਤੁਸੀਂ ਮੰਨਣਾ ਹੈ ਤਾਂ ਤੁਸੀਂ 23 ਅਪ੍ਰੈਲ ਨੂੰ ਮੰਨ ਕੇ ਵੀ ਜਿਹੜਾ ਆ ਤੁਸੀਂ ਪੇਪਰ ਦੀ ਜਿਹੜੀ ਤਿਆਰੀ ਕਰ ਸਕਦੇ ਠੀਕ ਹੈ ਜੀ 23 ਤੋਂ ਦੇਖੋ ਅੱਜ 22 ਆ ਤੇ 30 31 ਦਿਨ ਹੈਗੇ ਆ ਹਨਾ ਅਸੀਂ ਆਪਾਂ ਫੇਰ ਵੀ ਜਿਹੜਾ ਮਤਲਬ ਇਹਦਾ ਕਰ ਸਕਦੇ ਆ ਤੁਸੀਂ ਚੈਨਲ ਦੇ ਵਿੱਚ ਚੈਨਲ ਦੇ ਨਾਲ ਜੁੜੇ ਜੁੜੇ ਹੋਏ ਨੇ ਤੇ ਜਿਹੜੇ ਨਵੇਂ ਜੁੜੇ ਹੋਣਗੇ ਠੀਕ ਹੈ ਉਹ ਤੁਸੀਂ ਮਤਲਬ ਪੰਜਾਬੀ ਦੀ ਪੰਜਾਬੀ ਦੀ ਬੇਸਿਕ ਔਰ ਪੰਜਾਬੀ ਦਾ ਤਕਰੀਬਨ ਕਾਫੀ ਚੀਜ਼ਾਂ ਜਿਹੜੀਆਂ ਆ ਕੰਪਲੀਟ ਅਸੀਂ ਕੀਤੀਆਂ ਆ ਠੀਕ ਹੈ ਵਿਦ ਗ੍ਰਾਮਰ ਠੀਕ ਹੈ ਸੋ ਤੁਸੀਂ ਉਹ ਬਿਲਕੁਲ ਜਿਹੜੀ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਉੱਥੇ ਦੇਖ ਸਕਦੇ ਆ ਠੀਕ ਹੈ ਸੋ ਇੰਗਲਿਸ਼ ਇੰਗਲਿਸ਼ ਦੇ ਵੀ ਅਸੀਂ ਪ੍ਰੀਵੀਅਸ ਜਿਹੜੇ ਸਾਰੇ ਕੁਐਸਚਨ ਪੇਪਰ ਨੇ ਆਪਾਂ ਉਹ ਸੋਲਵ ਕੀਤੇ ਹੋਏ ਨੇ ਠੀਕ ਹੈ ਤੇ ਇੰਗਲਿਸ਼ ਦੇ ਵਿੱਚ ਅਸੀਂ ਪੈਡਾਗੋਜੀ ਦੇ ਜਿਹੜਾ ਆ ਉਹ ਉਹ ਵੀ ਆਪਾਂ ਬਿਲਕੁਲ ਸਾਰੇ ਕੁਐਸਚਨ ਜਿਹੜੇ ਆਪਾਂ ਕਾਫੀ ਕਵਰ ਕੀਤੇ ਹੋ ਤੇ ਇਸ ਵਾਰ ਪੇਪਰ ਦੇ ਵਿੱਚ ਆਏ ਵੀ ਤੇ ਇੰਗਲਿਸ਼ ਗ੍ਰਾਮਰ ਦੀ ਜਿਹੜੀ ਹੈ ਫਿਨੇਟਿਕਸ ਦੀ ਆਰਗਨਸ ਜਿਹੜੇ ਕਈ ਵਾਰ ਇਸ ਵਾਰ ਆਏ ਸੋ ਉਹ ਵੀ ਆਪਾਂ ਜਿਹੜੀ ਨਵੀਂ ਵੀਡੀਓਜ਼ ਆਪਾਂ ਅਪਲੋਡ ਕਰਾਂਗੇ ਠੀਕ ਹੈ ਸੋ ਇਸ ਤੋਂ ਇਲਾਵਾ ਸਾਇੰਸ ਦੀ ਵੀ ਅਸੀਂ ਨਵੀਆਂ ਵੀਡੀਓਜ਼ ਲੈ ਕੇ ਆਵਾਂਗੇ ਜਿਹਦੇ ਵਿੱਚ ਅਸੀਂ ਸਾਇੰਸ ਦੀ ਤਿਆਰੀ ਕਰਵਾਵਾਂਗੇ ਠੀਕ ਹੈ ਸੋ ਕਿਉਂਕਿ ਸਾਇੰਸ ਦੇ ਵਿੱਚ ਇਦਾਂ ਹੈ ਕਿ ਕਈ ਵਾਰ ਨਹੀਂ ਤਿਆਰੀ ਕਰ ਹੁੰਦੀ ਹੈ ਨਾ ਸਾਡੇ ਇਸ ਨੰਬਰ ਕਈ ਵਾਰ ਇਦਾਂ ਹੁੰਦੇ ਕਿਸੇ ਵਿੱਚ ਨੂੰ ਮੈਥ ਚ ਮੁਸ਼ਕਲ ਆਂਦੀ ਹੈ ਤੇ ਸਾਇੰਸ ਦੇ ਵਿੱਚ ਅਸੀਂ ਉਹ ਚੀਜ਼ਾਂ ਨੂੰ ਕਵਰ ਕਰ ਸਕਦੇ ਹਾਂ 5-10 ਨੰਬਰ ਅਗਰ ਸਾਡੇ ਮੈਥੋਂ ਕੱਟ ਗਏ ਤਾਂ ਅਸੀਂ ਉਹ ਸਾਇੰਸ ਦੇ ਵਿੱਚ ਵਧਾ ਸਕਦੇ ਹਾਂ ਠੀਕ ਹੈ ਸੋ ਮੈਥ ਦੀ ਜਿਹੜੀ ਬੇਸਿਕ ਹੈ ਉਹ ਤੁਸੀਂ ਵੀਡੀਓਜ਼ ਦੇ ਵਿੱਚ ਦੇਖ ਸਕਦੇ ਆਂ ਠੀਕ ਹੈ ਸੀਡੀਪੀ ਦੀ ਵੀ ਕਾਫੀ ਥਿਉਰੀਜ਼ ਔਰ ਕੁਐਸਚਨ ਪ੍ਰੀਵियस ਇਅਰ ਕੁਐਸਚਨ ਤਾਂ ਮੈਂ ਸਾਰਿਆਂ ਦੇ ਅਪਲੋਡ ਕੀਤੇ ਹੋਇਆ ਸ਼ਾਇਦ ਸਾਇੰਸ ਔਰ ਮੈਥ ਨੂੰ ਛੱਡ ਕੇ ਠੀਕ ਹੈ ਇੰਗਲਿਸ਼ ਪੰਜਾਬੀ ਔਰ ਸੀਡੀਪੀ ਇਹਦੇ ਪ੍ਰੀਵियस ਇਅਰ ਕੁਐਸਚਨ ਜਿਹੜੇ ਆਪਾਂ ਸਾਰੇ ਕੀਤੇ ਹੋਇਆ ਸੋ ਤੁਸੀਂ ਉੱਥੋਂ ਵੀਡੀਓਜ਼ ਕਰ ਸਕ ਜਿਹੜਾ ਵੀਡੀਓਜ਼ ਤੋਂ ਤੁਸੀਂ ਤਿਆਰੀ ਕਰ ਸਕਦੇ ਆ ਸੋ ਮੈਂ ਇਹੀ ਕਹਾਂਗਾ ਕਿ ਤੁਸੀਂ ਆਪਣੀ ਤਿਆਰੀ ਨੂੰ ਜਿਹੜਾ ਆ ਉਹ ਜਾਰੀ ਰੱਖੋ ਠੀਕ ਹੈ ਨੋਟੀਫਿਕੇਸ਼ਨ ਦੀ ਜਿਹੜੀ ਵੇਟ ਹੈ ਠੀਕ ਹੈ ਸਾਰੇ ਕਰ ਰਹੇ ਆ ਤੇ ਕਰਨੀ ਵੀ ਚਾਹੀਦੀ ਆ ਪਰ ਐਦਾਂ ਨਾ ਹੋਵੇ ਕਿ ਅਸੀਂ ਉਹ ਉਹਨਾਂ ਦਿਨਾਂ ਦੇ ਵਿੱਚ ਅਸੀਂ ਕੁਝ ਵੀ ਨਾ ਪੜੀਏ ਠੀਕ ਹੈ ਸੋ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਵੇ ਹੋਏਗੀ ਤੇ ਤੁਸੀਂ ਵੀਡੀਓ ਨੂੰ ਜਿਹੜਾ ਆ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ